ਅਸਲਾਮ ਵਾਲੇਕਮ ਜੀ ਨਾਜ਼ਰੀਨ ਮੈਂ ਨਾ ਇਸ ਤੋਂ ਪਹਿਲੇ ਆ ਮੈਂ ਇਸ ਵਕਤ ਮੌਜੂਦ ਹੈਗਾ ਮੈਂ ਕੱਚਾ ਫਜ਼ਲਾ ਕਰੋੜ ਤੇ ਤੇ ਮੈਂ ਇਸ ਤੋਂ ਪਹਿਲੇ ਵੀ ਇਹ ਖਬਰ ਲਗਾ ਚੁੱਕਿਆ ਆ ਕਿ ਕਰੋੜ ਰੁਪਏ ਦੀ ਬਣਨ ਵਾਲੀ ਸੜਕ ਜਿਹੜੀ ਹੈ ਨਾ ਉਹ ਇਸ ਸੀਵਰੇਜ ਦੇ ਗੰਦੇ ਪਾਣੀ ਦੀ ਵਜ੍ਹਾ ਤੋਂ ਨਾ ਟੁੱਟ ਰਹੀ ਆ ਲੇਕਿਨ ਨਾ ਕਿਸੇ ਨੇ ਇਸ ਗੱਲ ਦੇ ਉੱਤੇ ਗੌਰ ਨਹੀਂ ਕੀਤਾ ਤੇ ਆ ਦੇਖੋ ਮੇਰੇ ਕੈਮਰੇ ਦੇ ਵਿੱਚ ਨਜ਼ਰ ਆ ਰਹੇ ਹੋਣਾ ਕਿ ਸੜਕ ਟੁੱਟਣਾ ਸ਼ੁਰੂ ਹੋ ਗਈ ਏ ਕਾਰਪੇਟ ਰੋਡ ਆ ਬਿਲਕੁਲ ਇਹ ਆ ਦੇਖ ਲਓ ਜੀ ਆ ਇੱਥੋਂ ਜਿੱਥੇ ਪਾਣੀ ਖੜਾ ਵਾ ਇੱਥੋਂ ਵੀ ਟੁੱਟ ਗਈ ਜੀ ਲੇਕਿਨ ਕਿਸੇ ਨੇ ਜਿਹੜਾ ਵਾ ਸਰਕਾਰੀ ਮੁਲਾਜ਼ਮ ਆਏ ਨੇ ਇੰਤਜ਼ਾਮੀਆ ਦੇ ਬੰਦੇ ਆਏ ਨੇ ਆਣ ਕੇ ਉਹਨਾਂ ਨੇ ਕੰਮ ਕੀਤਾ ਸਿਰਫ ਨਾ ਉਹ ਹੱਦ ਤੱਕ ਕਿ ਮੇਰਾ ਖਿਆਲ ਹੈ ਕਿ ਇੰਤਜ਼ਾਮੀਆ ਨਾ ਕੋਈ WhatsApp ਗਰੁੱਪ ਆ ਜਿਹਦੇ ਵਿੱਚ ਅਫਸਰਾਨ ਨੇ ਅਫਸਰਾਨ ਨੇ ਉਹਨਾਂ ਨੂੰ ਉਹਨਾਂ ਨੇ ਸਭ ਅੱਛੇ ਦੀ ਰਿਪੋਰਟ ਦਿਖਾਤੀ ਕਿ ਜੀ ਦੇਖ ਲਓ ਜੀ ਕੰਮ ਹੋ ਰਿਹਾ ਵਾ ਕੰਮ ਹੋ ਚੁੱਕਿਆ ਜੀ ਮੁਕੰਮਲ ਹੋ ਗਿਆ ਲੇਕਿਨ ਆ ਸੜਕ ਦਾ ਤੁਸੀਂ ਹਾਲ ਦੇਖ ਸਕਦੇ ਆ ਕਿ ਬਿਲਕੁਲ ਜਿਹੜੀ ਹੈ ਨਾ ਟੁੱਟਣੀ ਸ਼ੁਰੂ ਹੋ ਚੁੱਕੀ ਆ لیکن ਇਹਦਾ ਜ਼ਿੰਮੇਦਾਰ ਕੌਣ ਆ ਫਿਰ ਬਾਅਦ ਚ ਕਿਹਾ ਜਾਂਦਾ ਜੀ ਇਹਦੇ ਜ਼ਿੰਮੇਦਾਰ ਜਿਹੜੇ ਜੀ ਸਰਕਾਰ ਨੂੰ ਚਾਹੀਦਾ ਕਿ ਬਣਾਉਣੀ ਚਾਹੀਦੀ ਆ ਠੀਕ ਆ ਇੱਕ ਜਗ੍ਹਾ ਤੁਹਾਨੂੰ ਮੈਂ ਹੋਰ ਦਿਖਾਉਂਦਾ ਵਾਂ ਕਿ ਜਿੱਥੇ ਸੜਕ ਬਿਲਕੁਲ ਹੀ ਹੈ ਨਾ ਟੁੱਟਣੀ ਕੀ ਭੁੰਨੀ ਸ਼ੁਰੂ ਹੋ ਗਈ ਆ ਲੇਕਿਨ ਆ ਦੇਖ ਲੋ ਜੀ ਅੱਛਾ ਇੰਤਜ਼ਾਮੀਆਂ ਨਾਲ ਉਹਨਾਂ ਫਰਕ ਇਹ ਪਿਆ ਵਾ ਰੋਡ ਤੇ ਕਲੀਅਰ ਨਹੀਂ ਹੋਇਆ ਲੇਕਿਨ ਜ਼ਿਆਦਾ ਖਲਾਰਾ ਪੈ ਗਿਆ ਅੱਗੇ ਸੀਗਾ ਬਹੁਤਾ ਕੰਮ ਸੀਗਾ ਲੇਕਿਨ ਹੁਣ ਜ਼ਿਆਦਾ ਹੋ ਗਿਆ ਆ ਦੇਖਸਾ ਸਿਵਰੇਜ ਕਿੰਨਾ ਜ਼ਿਆਦਾ ਜਿਹੜਾ ਵਾ ਨਾ ਤੇ ਇਤੋਂ ਦੁਸ਼ਵਾਰੀ ਕਿੰਨੀ ਹੈ ਇਹ ਅਗਰ ਸੜਕ ਟੁੱਟ ਗਈ ਦੁਬਾਰਾ ਕਿੰਨੇ ਬਣਨੀ ਹੈ ਨਾ ਬਣਨੀ ਆ ਆ ਦੇਖ ਲਓ ਜੀ ਇਹ ਸੜਕ ਟੁੱਟਣੀ ਸ਼ੁਰੂ ਹੋ ਗਈ ਜੇ ਆ ਦੇਖ ਲਓ ਬਿਲਕੁਲ ਨਜ਼ਰ ਆ ਰਹੀ ਹੈ ਕਿ ਸੜਕ ਜਿਹੜੀ ਆ ਟੁੱਟ ਰਹੀ ਆ ਆ ਦੇਖ ਲਓ ਤੇ ਇਹ ਹੋਰ ਆ ਦੇਖ ਲਓ ਨਜ਼ਰ ਆ ਰਿਹਾ ਪਤੰਗ ਜਿਹੜਾ ਇਹਦਾ ਅਨਾਲੀ ਵੀ ਦੇਖ ਲਓ ਬਿਲਕੁਲ ਲਓ ਜੀ ਇਹ ਹਾਲਾਤ ਦੇਖ ਲਓ ਨਾ ਤੇ ਇੰਤਜ਼ਾਮੀਆਂ ਕੋਈ ਐਕਸ਼ਨ ਲੈ ਰਹੀ ਆ ਤੇ ਨਾ ਕੋਈ ਸਰਕਾਰੀ ਆਪਣਾ ਕਹਿ ਲੋ ਕਿ ਆਪਣਾ ਇੰਤਜ਼ਾਮੀਆਂ ਦਾ ਬੰਦਾ ਐਕਸ਼ਨ ਲੈ ਰਿਆ ਵਾ ਤੇ ਨਾ ਕੋਈ ਸਿਆਸੀ ਇਸ ਗੱਲ ਨੂੰ ਨੋਟ ਕਰ ਰਿਆ ਵਾ ਕਿ ਯਾਰ ਕੱਲ ਨੂੰ ਸਾਨੂੰ ਹੀ ਕਿਹਾ ਜਾਣਾ ਕਿ ਰੋਡ ਟੁੱਟ ਗਿਆ ਬਣਾਇਆ ਜਾਵੇ ਅਗਰ ਆਲਰੇਡੀ ਰੋਡ ਪਹਿਲੇ ਤੋਂ ਬਣਿਆ ਹੋਇਆ ਅਗਰ ਉਹਨੂੰ ਠੀਕ ਕਰ ਲਿਆ ਜਾਵੇ ਤੇ ਇਹਦੇ ਵਿੱਚ ਇਹ ਨਹੀਂ ਅੱਛੀ ਗੱਲ ਹੈਗੀ ਹੁਣ ਦੇਖ ਲਓ ਕਿ ਸੜਕ ਜਿਹੜੀ ਟੁੱਟਣੀ ਸ਼ੁਰੂ ਹੋ ਚੁੱਕੀ ਆ ਇਸ ਸੀਵਰੇਜ ਦੇ ਪਾਣੀ ਦੀ ਵਜ੍ਹਾ ਵਜ੍ਹਾ ਤੋਂ ਮੈਂ ਇੱਕ ਦਫਾ ਫੇਰ ਤੁਹਾਨੂੰ ਦੁਬਾਰਾ ਦਿਖਾ ਦਿੰਦਾ ਵਾਂ ਕਿ ਸੜਕ ਦੇਖ ਲਓ ਕਿ ਆ ਟੁੱਟਣੀ ਸ਼ੁਰੂ ਹੋ ਗਈ ਜੇ ਜਿੱਥੋਂ ਜਿੱਥੋਂ ਪਾਣੀ ਖੜਾ ਜੇ ਆ ਦੇਖ ਲਓ ਆ ਜਿਹੜੀ ਲਾਈਨ ਆ ਸੜਕ ਦੇ ਟੁੱਟਣ ਦੀ ਆ ਆ ਕੱਚਾ ਫਜ਼ਲ ਹਕਰੋੜਾ ਤੇ ਜਿਹਦੇ ਉੱਤੇ ਇੰਤਜ਼ਾਮੀਆਂ ਦੇ ਬੰਦੇ ਆਏ ਜ਼ਰੂਰ ਸੀ ਲੇਕਿਨ ਸਿਰਫ ਉਹਨਾਂ ਨੇ ਫੋਟੋ ਸੈਸ਼ਨ ਕੀਤਾ ਫੋਟੋ ਸੈਸ਼ਨ ਕਰਕੇ ਉਹ ਆਲਾ ਆਪਣੇ ਆਲਾ ਹੁਕਮ ਨੂੰ ਦਿਖਾਤਾ ਜੀ ਕੰਮ ਹੋ ਗਿਆ ਜੇ लेकिन आप मैं तुम्हें तो दोबारा दिखाया काफ़ी दिनों बाद हो सकता है मैं क्या एक्शन दोबारा ले लन लेकिन कोई एक्शन नहीं लिया गया है आ देख लो इस वीडियो तो बाद देखा कि एक्शन हों व्या हों